कौमी मार्ग ते तू तू करके सड़ रहा एक ट्रक। अग इन्नी भयानक है कि कई कई किलोमीटर दूर तो नज़र आ रही है। हाल यह सी कि अग लगन के कारण गड्डी दे टायरां दे जोरदार धमाके नाल कोलों दी लंघ रहे वाहन चालक दहल उठे। मामला है जलंधर अमृतसर कौमी मार्ग का, जिथे एक चलते ट्रक नू अचानक अग लग गई। देखते ही देखते अग भयानक रूप धारण कर गई। चश्मदीदा के अनुसार ड्राइवर सने ट्रक च सवार लोकां छाला मार के अपनियां जानां बचाईयां। मैं तो जी इस गड्डी के पिछे आ रहा सी, मेरी भी गड्डी है जी, ट्रक आ मेरे को, मेरा ट्रक अगे खड़ा, मैं इस ट्रक के पिछे आ रहा सी। अच्छा जी। जो इन अग लगी आ। अच्छा। हाँ जी, वो कुदरती दी आ, जल्दी गड्डी नू अग लग गई आ बैरिंग दे करके, जिवें इन्हां दीआं गड्डीआं दीआं बैरिंगां डाउन ने, ज़्यादा सिलेंडर करते इन्हां ने, उहदे करके हो गया जी। सिलेंडर किहड़े लगे आ? सिलेंडर तो सीएनजी लगे हुए ने जी, जिहड़े इक वैसे इन्हां ने धुआं बंद करन वास्ते BS6 ਕੱਢੀ ਆ ਗੱਡੀ, ਉਹਨਾਂ ਦੇ ਕਰਕੇ ਆ ਜਿਹੜਾ ਹੋਇਆ, ਉਹ ਗੱਡੀਆਂ ਦੇ ਕਰਕੇ ਤਾਂ ਜ਼ਿਆਦਾ ਨੁਕਸਾਨ ਹੋ ਰਿਹਾ। ਬਲਾਸਟ ਹੋਏ ਨੇ ਜੀ ਟਾਇਰ ਬਲਾਸਟ ਹੋਏ ਨੇ ਜੀ, ਜਦੋਂ ਗੱਡੀ ਨੂੰ ਅੱਗ ਲੱਗ ਗਈ ਆ ਟਾਇਰਾਂ ਨੂੰ, ਤਾਂ ਉਹ ਟਾਇਰਾਂ ਨੇ ਪਟਾਕਾ ਮਾਰਿਆ। ਹਾਂਜੀ। ਜਾਨੀ ਨੁਕਸਾਨ ਤੇ? ਜਾਨੀ ਕੋਈ ਨੁਕਸਾਨ ਨਹੀਂ ਹੋ ਚੁੱਕਿਆ। ਡਰਾਈਵਰ ਨਾਲ ਤੁਹਾਡੀ ਮੁਲਾਕਾਤ ਹੋਈ? ਨਹੀਂ, ਡਰਾਈਵਰ ਨਾਲ ਮੁਲਾਕਾਤ ਨਹੀਂ ਹੋਈ ਜੀ, ਡਰਾਈਵਰ ਫਰਾਰ ਹੋ ਗਿਆ ਸੀ ਗੱਡੀ ਤੋਂ, ਬਾਹਰ ਨਿਕਲ ਗਿਆ। ਅੱਛਾ। ਜਾਨਾਂ ਬਚ ਗਈਆਂ ਸਾਰਿਆਂ ਦੀਆਂ। ਕਿੰਨੇ ਜਾਣੇ ਸੀ ਇਸ ਟਰੱਕ? ਇਹਦੇ ਵਿੱਚ ਜੀ ਘੱਟੋ ਘੱਟ ਨਹੀਂ 6 ਜਾਣੇ ਹੋਣਗੇ ਜੀ। ਇੱਕ ਡਰਾਈਵਰ ਸੀ, ਇੱਕ ਹੈਲਪਰ ਹੋਊਗਾ, ਹੈਲਪਰ ਤਾਂ ਨਹੀਂ ਤਾਂ ਦੂਜੇ ਕਹਿ ਸਕਦੇ ਹਾਂ ਵੀ ਸਵਾਰੀ। ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ? ਹਾਂਜੀ, ਫਾਇਰ ਬ੍ਰਿਗੇਡ ਮੌਕੇ ਤੇ ਆ ਗਈ ਆ ਜੀ। ਭਾਜੀ ਦੋ ਵਾਰੀ ਬਲਾਸਟ ਹੋਇਆ ਜੀ, ਭੱਜ ਕੇ ਆਏ ਉੱਪਰ ਪੁਲ ਦੇ, ਜਦੋਂ ਆ ਕੇ ਦੇਖਿਆ ਅੱਗ ਲੱਗੀ ਹੋਈ। ਅੱਛਾ ਜੀ। ਦੇਖਿਆ ਕੋਈ ਹੈ ਹੀ ਨਹੀਂ, ਭਾਜੀ ਸਾਰੇ ਨਿਕਲ ਕੇ ਭੱਜ ਗਏ ਬਾਹਰ। ਅੱਛਾ। ਇਹ ਭਾਜੀ ਹੁਣ ਫਾਇਰ ਬ੍ਰਿਗੇਡ ਅੱਗ ਬੁਝਾਉਣ ਆਏ, ਅਸੀਂ ਉਹ ਤਪਾਲਾ ਤਬੂਲਾ ਲਾਈਆਂ ਅੱਗ ਲੱਗੀਆਂ ਆ, ਤਪਾਲਾ ਲਾਈਆਂ ਸਾਰੇ, ਮੈਂ ਕਿਹਾ ਅੱਗ ਬੁਝੂਗੀ, ਭਾਜੀ ਉਹਨਾਂ ਨੇ ਅੱਗ ਮੌਕੇ ਜਾ ਕੇ ਬੁਝਾਈ। ਇਹਨਾਂ ਦਾ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਆ। ਕਿੰਨੇ ਬਲਾਸਟ ਹੋਏ? ਬਲਾਸਟ ਭਾਜੀ 2 ਹੋਏ। ਜਾਨੀ ਨੁਕਸਾਨ ਤੇ? ਜਾਨੀ ਨੁਕਸਾਨ ਨਹੀਂ ਹੋਇਆ, ਡਰਾਈਵਰ ਮੌਕੇ ਤੋਂ ਭੱਜ ਗਿਆ। ਡਰਾਈਵਰ ਮੌਕੇ ਤੋਂ ਭੱਜ ਗਿਆ। ਫਾਇਰ ਬ੍ਰਿਗੇਡ ਮੁਲਾਜ਼ਮ ਦਾ ਕਹਿਣਾ ਹੈ ਕਿ ਉਹਨਾਂ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾ ਲਿਆ। ਆਪਾਂ ਮੌਕੇ ਤੇ ਨਾਲ ਹੀ ਆ ਗਏ, ਜਿੱਦੇ ਕੋਲ ਆਈਏ ਨਾ ਨਾਲ ਹੀ ਆਪਾਂ ਮੌਕੇ ਤੇ ਆ ਗਏ ਆ ਤੇ ਆ ਕੇ ਆਪਾਂ ਅੱਗ ਤੇ ਕਾਬੂ ਪਾ ਲਿਆ ਆ। ਹਾਂਜੀ। ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ? ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ। ਹਾਂਜੀ। ਕਿੰਨੀਆਂ ਗੱਡੀਆਂ ਲੱਗੀਆਂ? ਗੱਡੀ ਇੱਕ ਲੱਗੀ ਆ ਜੀ। ਬਲਾਸਟ ਵੀ ਹੋਇਆ? ਬਲਾਸਟ ਸਾਡੇ ਆਉਣ ਤੋਂ ਪਹਿਲਾਂ ਹੋ ਗਿਆ ਹੋਏਗਾ, ਪਰ ਬਾਅਦ 'ਚ ਤਾਂ ਕੋਈ ਨਹੀਂ ਹੋਇਆ ਜਦੋਂ ਆਪਾਂ ਪਾਣੀ ਮਾਰਨਾ ਸ਼ੁਰੂ ਕੀਤਾ। ਖੈਰ ਸ਼ੁਕਰ ਹੈ ਕਿ ਇਸ ਹੋਏ ਭਿਆਨਕ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ। ਕਰ ਭਲਾ ਹੋ ਭਲਾ, ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਫਿਰੋਜ਼ ਅਲੀ ਦੇ ਨਾਲ 6876786866। ਮੇਰੇ ਕਿੱਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਗੁਪਤ ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਆਪਣੇ ਵਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਪਿਆਰ ਵਿੱਚ ਧੋਖਾ, ਪਤੀ ਪਤਨੀ ਵਿੱਚ ਝਗੜਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਨੌਕਰੀ ਕਾਰੋਬਾਰ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵਿਦੇਸ਼ ਵਿੱਚ ਪੱਕੇ ਹੋਣਾ, ਔਲਾਦ ਸੁੱਖ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਜਾਦੂ ਟੋਣੇ ਦਾ ਜੜ ਤੋਂ ਖਾਤਮਾ, ਕਰਜ਼ਾ ਮੁਕਤੀ। ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਇਟਸ ਮਾਈ ਪ੍ਰੋਮਿਸ। ਮੋਬਾਈਲ ਨੰਬਰ 7867786866।